ਡੀਐਸਪੀ ਬਲਾਚੌਰ ਨੇ ਪੱਤਰਕਾਰਾਂ ਨਾਲ ਕੀਤੀ ਪ੍ਰੈਸ ਮੀਟਿੰਗ। ਡੀਐਸਪੀ ਸ਼ਾਮ ਸੁੰਦਰ ਬਲਾਚੌਰ ਨੇ ਅੱਜ ਸਾਂਝਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਪ੍ਰੈਸ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕਿਸੇ ਤਰ੍ਹਾਂ ਦਾ ਨਸ਼ਾ ਜਾਂ ਨਜਾਇਜ਼ ਧੰਦਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਡੀਐਸਪੀ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਨਸ਼ਿਆਂ ਨੂੰ ਨੱਥ ਪਾਈ ਜਾ ਸਕੇ ਤੇ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਬਗੈਰ ਹਾਈ ਸਿਕਿਉਰਿਟੀ ਨੰਬਰ ਵਾਲੇ ਮੋਟਰ ਸਾਈਕਲ ਤੇ ਹੋਰ ਵਹੀਕਲਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਹਾਈ ਸਿਕਿਉਰਿਟੀ ਪਲੇਟਾਂ ਲਗਵਾਉਣ। ਨਹੀਂ ਕੋਈ ਵੀ ਵਹੀਕਲ ਜ਼ਬਤ ਕੀਤਾ ਜਾਵੇਗਾ। ਤਿੰਨ ਥਾਣਿਆਂ ਦੇ ਮੁਖੀ, ਥਾਣਾ ਸਦਰ ਜਰਨੈਲ ਸਿੰਘ, ਥਾਣਾ ਸਿਟੀ ਸੁਰਿੰਦਰ ਕੁਮਾਰ ਤੇ ਥਾਣਾ ਪੋਜੇਵਾਲ ਤੋਂ ਜਤਿੰਦਰ ਸਿੰਘ ਚੌਹਾਨ ਹਾਜ਼ਰ ਸਨ। ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਲੈ ਕੇ
ਕੋਸ਼ਿਸ਼ ਕਰਾਂਗੇ ਵੀ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਲੋਕਾਂ ਨੂੰ ਮਤਲਬ ਘੱਟ ਤੋਂ ਘੱਟ ਇਸ ਤਰ੍ਹਾਂ ਦੀ ਪ੍ਰੋਬਲਮ ਆ। ਮੈਂ ਡੀ ਐਸ ਪੀ ਸ਼ਾਮ ਸਿੰਘ 1992 ਦਾ ਬਤੌਰ ਏਐਸਆਈ ਸਭ ਤੋਂ ਪਹਿਲਾਂ ਮੇਰੀ ਫਲਾਈਟ ਜਿਹੜੀ ਹੈਗੀ ਉਹ ਜੀਕੇ ਡਿਸਟ੍ਰਿਕਟ ਵਿੱਚ, ਉਸ ਤੋਂ ਬਾਅਦ ਮੈਂ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ ਅਲੱਗ ਥਾਂ 'ਤੇ ਰਹਾ। ਨਵੇਂ ਸ਼ਹਿਰ 'ਚ ਵੀ ਮੈਂ 2020 ਦੇ ਵਿੱਚ ਸਾਰੇ ਸ਼ੇਰੀ ਦੇ ਲਾਗੇ ਗਏ ਹਾਂ ਬਤੌਰ ਡੀ ਐਸ ਪੀ ਐਸ ਪੀ ਪ੍ਰਾਪਤ ਕਰ। ਉਸ ਤੋਂ ਬਾਅਦ ਮੈਂ ਉਸ ਸਮਾਂ ਚੰਡੀਗੜ੍ਹ ਹੁਣ ਮੈਂ ਆਪ ਜੀ ਦੇ ਇਲਾਕੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਭਾਗ ਨਹੀਂ ਆਇਆ ਅਤੇ ਆਸ ਕਰਦਾ ਹੈ ਮੈਂ ਤੁਹਾਡੇ ਤੁਹਾਡੇ ਮੁਤਾਬਕ ਕਲਾ ਸਾਬਤ ਹੋਵਾਂਗਾ। ਜੋ ਆਸਾਂ ਮੇਰੇ 'ਤੇ ਰੱਖੀਆਂ ਹੋਈਆਂ ਨੇ ਮੈਂ ਉਹਨਾਂ ਨੂੰ ਪੂਰੀਆਂ ਕਰਾਂਗਾ। ਮੈਂ ਵੀ ਆਸ ਕਰਦਾ ਹੈ ਕਿ ਪੱਤਰਕਾਰ ਭਾਈਚਾਰਾ ਹੈ ਜਿਹੜਾ ਇਹ ਵੀ ਕਾਫੀ ਅਹਿਮ ਰੋਲ ਅਦਾ ਕਰਦਾ ਹੈ ਇਲਾਕੇ ਦੇ ਵਿੱਚ ਪੁਲਿਸ ਨੂੰ ਕਿਹੜੀ ਉਹਨਾਂ ਨੂੰ ਪਕੜਨ ਲਈ ਉਹਨਾਂ 'ਤੇ ਸਮੱਝਿਆ ਕਰਨ ਲਈ ਜੋ ਲੋਕਾਂ ਨੂੰ ਉਸ ਪ੍ਰਤੀ ਕੋਈ ਸ਼ੱਕ ਹੋ ਜਾਂਦਾ ਹੈ ਗਲਤ ਫਹਿਮੀ ਆ ਜਾਂਦੀ ਇਹੋ ਪ੍ਰੈਸ ਭਾਈਚਾਰਾ ਹੈ ਕਿ ਬੜੇ ਆਰਾਮ ਨਾਲ ਇਹਨਾਂ ਚੀਜ਼ਾਂ ਨੂੰ ਦੂਰ ਕਰ ਸਕਦਾ ਹੈ। ਜੋ ਵੀ ਲੋਕਾਂ ਨੂੰ ਉਸ ਦੇ ਨੇੜੇ ਲੈ ਕੇ ਆਉਣ ਦੇ ਵਿੱਚ ਅਹਿਮ ਘੜੀ ਹੈ ਮੇਰੀ ਕੋਸ਼ਿਸ਼ ਹੋਊਗੀ ਮੈਂ ਇਸ ਕੜੀ ਦਾ ਵੱਧ ਤੋਂ ਵੱਧ ਲਾਭ ਲਵਾਂ। ਜੋ ਇਹਨਾਂ ਨੂੰ ਨੇੜੇ ਤੋਂ ਸਹਿਯੋਗ ਦੀ ਲੋੜ ਹੋਊਗੀ ਮੇਰੀ ਟੀਮ ਤੋਂ ਸਹਿਯੋਗ ਦੀ ਲੋੜ ਹੋਊਗੀ ਮੇਰਾ ਵਾਅਦਾ ਹੈ ਅਸੀਂ ਉਸ 'ਤੇ ਪੂਰੇ ਕਰੇ ਉਤਰਾਂਗੇ। ਨਾ ਕਿਸੇ ਨਾਲ ਇਲਾਕੇ ਵਿੱਚ ਜ਼ਿਆਦਤੀ ਹੋਊਗੀ ਨਾ ਜ਼ਿਆਦਤੀ ਬਰਦਾਸ਼ਤ ਕੀਤੀ ਜਾਊਗੀ। ਜੋ ਸੱਚ ਸਾਹਮਣੇ ਆਉਂਦਾ ਪੱਤਰਕਾਰਾਂ ਦੇ ਨਾਲ ਮਿਲ ਕੇ ਸੱਚ ਨੂੰ ਸਾਹਮਣੇ ਲਿਆਉਣ ਦੇ ਵਿੱਚ ਪ੍ਰੈਸਕਾਰੀ ਬਹੁਤ ਜ਼ਿਆਦਾ ਰੋਲ ਹੈ। ਇਸ ਕਰਕੇ ਮੈਂ ਤੁਹਾਡੇ ਕੋਲੋਂ ਆਸ ਕਰਦਾ ਅੱਜ ਮੈਂ ਜਿਹੜੀ ਦਿੱਲੀ ਰੱਖੀ ਹੈ ਮੈਂ ਇਸੇ ਕਰਕੇ ਰੱਖੀ ਹੈ ਤਾਂ ਕਿ ਆਪਾਂ ਇੱਕ ਦੂਜੇ ਦੇ ਨੇੜੇ ਹੋਈਏ ਇਲਾਕੇ ਦੇ ਵਿੱਚ ਜੋ ਵੀ ਗਲਤ ਹੋ ਰਿਹਾ ਉਹ ਬੇਚੀਜ਼ ਮੇਰੇ ਤੱਕ ਪਹੁੰਚੇ। ਸਾਡਾ ਵੀ ਪੁਲਿਸ ਅਫਸਰ ਤੁਹਾਨੂੰ ਲੱਗਦਾ ਹੈ ਕਿ ਇਹਦੇ 'ਚ ਆਹ ਕਮੀ ਹੈ ਪਾ ਸਕਦੇ ਮੇਰੇ 'ਚ ਤੁਹਾਨੂੰ ਲੱਗਦਾ ਹੈ ਉਹਦੇ 'ਚ ਬੇਚੀਜ਼ ਹੋਵੋਗੇ ਮੈਂ ਪੂਰਾ ਸਕਦਾ। ਆਪਾਂ ਨੇ ਵਧੀਆ ਮਾਹੌਲ ਇਸ ਸਬ ਰੀਜਨ ਦਾ ਬਣਾਉਣਾ ਹੈ ਤਾਂ ਕਿ ਲੋਕ ਜਿਹੜੇ ਹੈਗੇ ਹੈ ਖੁਸ਼ ਰਹਿਣ ਆਪਣੇ ਆਪ ਨੂੰ ਸਿਕਿਓਰ ਮਹਿਸੂਸ ਕਰਨ। ਇੰਨਾ ਹੀ ਕਹਿੰਦੇ ਹੋਏ ਮੈਂ ਆਪ ਸਭ ਦੇ ਪਰਿਵਾਰਾਂ ਨੂੰ ਸਵਾਗਤ ਕਰਦਾ ਹਾਂ। ਤਾਂ ਇਸ ਨਾਲ ਮੈਂ ਜਿਸ ਦਿਨ ਪਹਿਲੇ ਹੀ ਬੁਲਾਇਆ ਸੀ ਮੈਂ ਉਹ ਵੀ ਕਿਹਾ ਸੀਗਾ ਜੋ ਪੇਰੈਂਟਸ ਨੇ ਉਹ ਇਹਦੇ ਵਿੱਚ ਅਹਿਮ ਰੋਲ ਅਦਾ ਕਰ ਸਕਦੇ। ਮੈਂ ਆਪ ਦੇਖਦਾ ਹੁੰਦਾ ਛੋਟੇ ਛੋਟੇ ਬੱਚੇ ਬਿਨਾਂ ਹੈਲਮੇਟ ਤੋਂ ਮੋਟਰਸਾਈਕਲ ਦੇ ਕੇ ਚੱਲਦੇ ਨੇ ਤੇ ਬਸ ਸਟੈਪ ਦੇ ਉੱਤੇ ਮਦਰ ਫਾਦਰ ਪੇਰੈਂਟਸ ਮਤਲਬ ਉਹਨਾਂ ਨੂੰ ਰੋਕਣ ਦੀ ਹਾਲੇ ਜਿਹੜੀ ਏਜ ਨਹੀਂ ਹੈਗੀ ਸੰਸਥਾ ਕੋਲ ਨਹੀਂ ਹੈਗਾ ਜਦੋਂ ਅਸੀਂ ਰੋਕਦੇ ਹਾਂ ਨਾ ਪਰ ਬੜਾ ਉਹਨੂੰ ਦੱਸਿਆ ਪੈਂਦਾ ਕਿ ਦੇਖੋ ਜੀ ਬਜ਼ਾਰ ਸਬਜ਼ੀ ਰੇਟ ਦਾ ਕਿਆ ਸੀ ਗੱਲ ਤਾਂ ਛੋਟੀ ਜਿਹੀ ਹੁੰਦੀ ਹੈ
ਬੱਚੇ ਦਾ ਫਿਰ ਉਹਦਾ ਹੌਸਲਾ ਵੱਧਦਾ ਜਾਂਦਾ। ਹੁਣ ਤੁਸੀਂ ਸਕੂਲ ਬਹੁਤ ਵਧੀਆ ਹੈ, ਕਾਰਨ ਕੀ ਹੈ? ਇੱਕ ਛੋਟਾ ਜਿਹਾ ਬੱਚਾ ਹੈ, ਉਹ ਜਦੋਂ ਫਸਟ ਟਾਈਮ ਕਾਰ ਦੇ ਵਿੱਚ ਬੈਠਦਾ ਹੈ ਤਾਂ ਮਦਰ ਫਾਦਰ ਨੂੰ ਸਿਖਾਉਂਦੇ ਹਾਂ ਕਿ ਬੈਠਦੇ ਸਰ ਸਭ ਤੋਂ ਪਹਿਲਾਂ ਸੇਫਟੀ ਬੈਲਟ ਪਹਿਨੋ। ਸਭ ਤੋਂ ਪਹਿਲੇ ਜਿਹੜੇ ਟੀਚਰ ਨੇ ਉਹ ਮਦਰ ਫਾਦਰ ਨੇ, ਫਿਰ ਸਕੂਲ ਟੀਚਰ ਨੇ, ਫਿਰ ਅਸੀਂ ਹੈ। ਇਸ ਕਰਕੇ ਤੁਹਾਨੂੰ ਹੀ ਬੱਚੇ ਨੂੰ ਵਧੀਆ ਤਾਲੀਮ ਦੇਤੇ ਅੱਧ ਛੋਟੀ ਛੋਟੀ ਚੀਜ਼ਾਂ ਲਈ। ਇਹ ਤੋਂ ਇਲਾਵਾ ਜਿੱਦਾਂ ਬੱਚੇ ਨਸ਼ੇ 'ਚ ਪੈ ਜਾਂਦੇ ਨੇ, ਮਾਤਾ ਪਿਤਾ ਨਹੀਂ ਗਿਆਨ ਪਾਠ ਕਰ ਪਾਉਂਦੇ, ਹੌਲੀ ਹੌਲੀ ਚੀਜ਼ਾਂ। ਮਤਲਬ ਅਹਿਮ ਯੋਗਦਾਨ ਮਾਤਾ ਪਿਤਾ ਦਾ ਬਹੁਤ ਹੈ, ਆਪਣੇ ਯੋਗਦਾਨ ਨੂੰ ਮਾਤਾ ਪਿਤਾ ਨੂੰ ਸਮਝਣਾ ਚਾਹੀਦਾ ਹੈ। ਮੈਂ ਇਹ ਗੱਲ ਬਹੁਤ ਜ਼ਰੂਰੀ ਸਮਝਦਾ। ਬਾਕੀ ਇਹ ਗੱਲ ਜਿਹੜਾ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦਾ, ਸਮਾਜ ਦਾ ਕਹਿਣਾ ਨਹੀਂ ਮੰਨਦਾ, ਫਿਰ ਪੂਰੀ ਸਹੀ ਹੈ। ਅਤੇ ਉਹਦੇ ਵਿੱਚ ਵੀ ਮੈਂ ਇੱਕ ਰਿਕੁਐਸਟ ਕਰੂੰਗਾ, ਕਈ ਵਾਰੀ ਦੇਖਣ 'ਤੇ ਚੀਜ਼ ਹੋਰ ਲੱਗਦੀ ਹੈ, ਅਸਲ ਦੇ ਵਿੱਚ ਉਹ ਚੀਜ਼ ਹੋਰ ਹੁੰਦੀ ਹੈ। ਦੂਰੋਂ ਦੇ ਕੰਮ ਕਰਦਾ ਵੀ ਦੇਖੋ ਉਸ ਬੱਚੇ ਨੂੰ ਭੂਲ ਲਈ ਗਏ ਜਾਂ ਉਹ ਕਰਦੀ ਹੈ, ਜਦਕਿ ਹਾਲਾਂ ਕੁਝ ਹੈ ਪਿਆਰ ਨਾਲ ਹੀ ਸਮਝਾ ਦੀ ਇਹ ਚੀਜ਼ਾਂ ਦਾ ਵੀ ਅੱਗੇ ਵੀ ਪਿਆਰ ਕਰਦੇ। ਵਧੀਆ ਸੁਚਾਰੂ ਢੰਗ ਨਾਲ ਚਲਾਈ ਜਾਊਗੀ, ਨਸ਼ਿਆਂ ਨੂੰ ਤਾਂ ਬਰਦਾਸ਼ਤ ਹੀ ਨਹੀਂ ਦਿੰਦਾ ਜਾਵੇ। ਨਸ਼ਿਆਂ ਦੇ ਬਾਰੇ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਇਨਫੋਰਮੇਸ਼ਨ ਦਊਗਾ, ਸਾਡੀ ਗਰੰਟੀ ਹੈ ਉਹਦਾ ਨਾਮ ਬਿਲਕੁਲ ਵੀ ਨਹੀਂ ਆਉਂਦਾ ਕਿ ਬੰਦੇ ਨੂੰ ਤਾਂ ਸਾਡਾ ਨਾਮ ਨਾਲ ਵੀ ਸਾਡੀ ਕੁਛ ਵੀ ਗਰੰਟੀ ਬਿਲਕੁਲ 1% ਵੀ ਇਹ ਨਹੀਂ ਹੋਊਗਾ ਕਿ ਉਹਦਾ ਨਾਮ ਦੱਸ ਦਿੱਤਾ ਜਾਵੇ। ਨੰਬਰ 2, ਜੋ ਸੱਚੀ ਇਨਫੋਰਮੇਸ਼ਨ ਹੋਊਗੀ ਤਾਂ ਦਿਖੂਗੀ ਕਿ ਹਾਂ ਇਹ ਇਨਫੋਰਮੇਸ਼ਨ ਦਿੱਤੀ ਸੀ ਅਤੇ ਵਾਕਈ ਕਰ ਰਹੀ, ਇਹ ਮੇਰੀ ਗਰੰਟੀ। ਸਹਾਇਤਾ ਦੇ ਨਾਲ ਅਸੀਂ ਜੋ ਵੀ ਕੰਮ ਕਰਦੇ ਨੇ, ਚਾਹੇ ਕ੍ਰਾਈਮ ਨੂੰ ਤੱਤ ਪਾਣੀ ਹੈ, ਜੋ ਵੀ ਕੰਮ ਕਰਦੇ ਸਾਡੇ ਲਈ ਬੜੇ ਸਖਾਲੇ ਹੋ ਜਾਂਦੇ। ਇਸ ਕਰਕੇ ਮੇਰੀ ਕੋਸ਼ਿਸ਼ ਸੀ ਕਿ ਜਲਦ ਤੋਂ ਜਲਦ ਮੈਂ ਦੇ ਰੂਪ ਹੋ ਕੇ ਦੂਜੇ ਨੂੰ ਜਾਣ ਚਾਹੀਏ ਅਤੇ ਤਨਦੇਹੀ ਨਾਲ ਆਪਾਂ ਉੱਥੇ ਆਪਣੀਆਂ ਆਪਣੀਆਂ ਡਿਊਟੀਆਂ ਕਰੀਏ ਅਤੇ ਆਪਾਂ ਸਹੁੰ ਖਾ ਸਕੀਏ ਕਿ ਹਾਂ ਬਲਾ ਚੌਕ ਦੇ ਵਿੱਚ ਨਸ਼ਾ ਨਾਮ ਦੀ ਚੀਜ਼ ਤਾਂ ਕੋਈ ਹੈ ਹੀ ਨਹੀਂ। ਅਤੇ ਇਹੀ ਪੈਸੇ ਪਹਿਲਾਂ ਨਵੇਂ ਸ਼ਹਿਰ ਡਿਸਟ੍ਰਿਕਟ 'ਚ ਜਾਵੇ ਅਤੇ ਹੌਲੀ ਹੌਲੀ ਇਹ ਸਾਰੇ ਪੰਜਾਬ 'ਚ ਜਾਵੇ, ਪਤਾ ਲੱਗੇ ਵੀ ਹਾਂ ਪ੍ਰੈਸ ਅਤੇ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਕਮੇਟੀਆਂ ਹੈ ਉਹ ਸਾਰੀਆਂ ਕਾਬੂ ਕਰ ਅਤੇ ਇਹ ਜਿਹੜੀਆਂ ਕਮੇਟੀਆਂ ਕਾਬੂ ਹੋ ਗਈਆਂ ਨੇ ਅਤੇ ਆਪਸੀ ਮੇਲ ਮਿਲਾਪ ਤੋਂ ਬਾਅਦ ਹੀ ਹੁੰਦੀਆਂ ਅਤੇ ਆਪਾਂ ਮੈਂ ਖਾਸ ਕਰਕੇ ਆਸ ਰੱਖਦਾ ਹੈ ਬਲਾ ਚੌਕ ਦੀ ਪ੍ਰੈਸ ਜੋ ਕਿ ਬਹੁਤ ਹੀ ਚੰਗੀ ਹੈ, ਮੈਨੂੰ ਤੱਕ ਇਹੀ ਦੱਸਿਆ ਗਿਆ ਹੈ ਬਿਲਕੁਲ ਚੰਗੀ ਹੈ, ਸੱਚ ਨੂੰ ਸੱਚ ਦੱਸ ਰਹੀ ਹੈ। ਇਸ ਕਰਕੇ ਮੈਂ ਅੱਜ ਉਹਨਾਂ ਨੂੰ ਮਿਲਿਆ ਅਤੇ ਆਪਣੇ ਵਿਚਾਰ ਸਾਂਝੇ ਕਰੇ ਹੈ, ਆਸ ਕਰਦਾ ਹੈ ਕਿ ਆਪਾਂ ਮਿਲ ਕੇ ਵਧੀਆ ਪਤਾ ਚੌਕ ਦੇ ਸਿਰ